ਦਰਪਣੋ ਜੀ ਹਨ ਜਿਨ੍ਹਾਂ ਬਾਰੇ ਬੋਲਣਾ ਮੈਨੂੰ ਬਹੁਤ ਹੀ ਔਖਾ ਲੱਗ ਰਿਹਾ ਹੈ ਕਿਉਂਕਿ ਸ਼ਖਸੀਅਤ ਹੀ ਐਸੀ ਹੈ ਕਿ ਮੈਨੂੰ ਲੱਗਦਾ ਕਿ ਮੈਂ ਜੋ ਵੀ ਬੋਲਾਂਗੀ ਉਹ ਇਨ੍ਹਾਂ ਦੇ ਲਈ ਬਹੁਤ ਹੀ ਥੋੜਾ ਹੋਏਗਾ ਔਖਾ ਪੂਰੀ ਦੁਨੀਆ ਨੂੰ ਆਪਣੀ ਸ਼ਖਸੀਅਤ ਤबीयत ਅਗਰ ਇਹ ਪੰਜਾਬੀ ਬੋਲਾਂਗੀ ਬੋਲੀ ਨਾਲ ਕੀਲਣ ਵਾਲੇ ਪੰਜਾਬੀ ਦੇ ਨਿਤੜਕ ਸੀਨੀਅਰ ਪੱਤਰਕਾਰ ਅਭਿਜਿੰਦਰ ਪੰਨੂ ਦੀ ਬਾਤ ਤਾਂ ਸਾਡੇ ਅੱਜ ਦੀ ਹੈ। ਅੱਗੇ ਮਹਿਮਾਨ ਵੀ ਬੋਲਾ ਗੁਰੂ ਨਾਨਕ ਕਾਲਜ ਫੋਰਮੈਨ ਬੰਗਾ ਵਿਕੇ ਇਨਾਮ ਵੰਡ ਤੇ ਡਿਗਰੀ ਵੰਡ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਦੇ ਮੁੱਖ ਮਹਿਮਾਨ ਸੀਨੀਅਰ ਪੱਤਰਕਾਰ ਮੁੱਖ ਸੰਪਾਦਕ ਨਮਾਜ਼ਮਾਨਾ ਜਤਿੰਦਰ ਪੰਨੂ ਨੇ ਕਾਲਜ ਵਿਦਿਆਰਥੀਆਂ ਨੂੰ ਡਿਗਰੀਆਂ ਵੰਡੀਆਂ। ਕਾਲਜ ਪ੍ਰਿੰਸੀਪਲ ਡਾਕਟਰ ਕਮਲਜੀਤ ਗੌਰਚੀਨਾ ਨੇ ਜਿੱਥੇ ਮੁੱਖ ਮਹਿਮਾਨ ਨੂੰ ਜੀ ਆਇਆਂ ਆਖਿਆ ਉੱਥੇ ਉਹਨਾਂ ਨੇ ਉਹਨਾਂ ਦੇ ਜੀਵਨ ਤੇ ਵੀ ਇੱਛਾਤ ਪਾਈ ਇਸ ਮੌਕੇ ਜਤਿੰਦਰ ਪੰਨੂ ਨੇ ਕਾਲਜ ਵਿਦਿਆਰਥਣਾਂ ਨੂੰ ਸੰਬੋਧਨ ਕਰਦਿਆਂ ਜ਼ਿੰਦਗੀ ਵਿੱਚ ਅੱਗੇ ਵਧਣ ਲਈ ਪ੍ਰੇਰਿਤ ਕੀਤਾ ਮੈਂ ਖਾਸ ਤੌਰ ਤੇ ਬੱਚਿਆਂ ਨਾਲ ਗੱਲਾਂ ਕਰਨੀਆਂ ਚਾਹੁੰਨਾ ਇਸ ਕਰ ਕਰਨੀਆਂ ਚਾਹੁੰਨਾ ਕਿ ਮੈਂ ਆਪ ਵੀ ਦੋ ਬੱਚਿਆਂ ਦਾ ਬਾਪ ਹਾਂ ਦੋ ਬੱਚਿਆਂ ਦਾ ਨਾਨਾ ਮੈਂ ਬੱਚੇ ਖੜਾਏ ਆ ਮੈਨੂੰ ਇਹ ਪਤਾ ਬੱਚੇ ਕਿਹੜੇ ਕਿਹੜੇ ਪੜਾਅ ਤੋਂ ਚੱਲਦੇ ਆ ਕਿਦਾਂ-ਕਿਦਾਂ ਵਿਕਾਸ ਹੁੰਦਾ ਤੇ ਮੈਨੂੰ ਇਹ ਵੀ ਪਤਾ ਮੇਰੀ ਧੀ ਵੀ ਤੁਹਾਡੇ ਵਾਂਗ ਕਾਲਜ ਵਿੱਚ ਪੜ੍ਹਦੀ ਸੀ ਮੇਰਾ ਪੁੱਤਰ ਵੀ ਪੜ੍ਹਿਆ ਹੁਣ ਮੇਰੀ ਦੋਤੀ ਵੀ ਸਕੂਲ ਜਾਂਦੀ ਆ ਬੱਚਿਆਂ ਨੂੰ ਕਿਹੜੇ ਹਾਲਾਤ ਚੋਂ ਲੰਘਣਾ ਪੈਂਦਾ ਤੁਸੀਂ ਨਵੇਂ ਯੁੱਗ ਦੇ ਬੱਚੇ ਸਾਡੇ ਤੁਹਾਡੇ ਯੁੱਗ 'ਚ ਜ਼ਮੀਨ ਅਸਮਾਨ ਦਾ ਫਰਕ ਮੈਂ ਜੇਸਟਨ ਆਪਣੇ ਬੱਚੇ ਨੂੰ ਇਹ ਦੱਸਿਆ ਆਪਣੇ ਪੁੱਤਰ ਨੂੰ ਤੇ ਆਪਣੇ ਨੋ ਨੂੰ ਕਿ ਬੇਟਾ ਅਸੀਂ ਤਾਂ ਉਹਨਾਂ ਸਕੂਲਾਂ 'ਚ ਪੜ੍ਹੇ ਜਿੱਥੇ ਕੱਚੇ ਕੋਠੇ ਹੁੰਦੇ ਸਨ ਤੇ ਅਸੀਂ 5ਵੀਂ ਜਮਾਤ ਤੱਕ ਨੰਗੇ ਪੈਰੀ ਜਾਂਦੇ ਸਾਂ ਗਰੀਬੀ ਬਹੁਤ ਸੀ ਤੋ ਹੈ ਨੰਗੇ ਪੈਰੀ ਮੈਂ ਕਿਹਾ ਹਾਂ ਮੈਂ ਇਕੱਲਾ ਨਹੀਂ ਪਿੰਡ ਦੇ ਸਾਰੇ ਬੱਚੇ ਨੰਗੇ ਪੈਰੀ ਜਾਂਦੇ ਕੋਈ ਟੀਚਰ ਸਰ ਸੋਸ਼ਲ ਵਰਕਰ ਦੇ ਤੌਰ ਤੇ 10 ਮਿੰਟ ਗਰਾਊਂਡ ਵਿੱਚ ਜਾ ਕੇ ਕਹੇ ਕੋ ਪੱਤੇ ਇਕੱਠੇ ਕਰਨੇ ਆ। ਆਪਾਂ ਸਫਾਈ ਕਰਨੀ ਆ। ਕੱਲ੍ਹ ਨੂੰ ਮੇਰੇ ਅਖਬਾਰ ਵਿੱਚ ਵੀ ਤੁਹਾਡੀ ਖਬਰ ਲੱਗ ਸਕਦੀ ਹੈ ਕਿ ਚਾਈਲਡ ਲੇਬਰ ਬੱਚਿਆਂ ਤੋਂ ਕਰਾਈ ਜਾ ਸਕਦੀ ਹੈ। ਪਰ ਜਿਹੜੇ ਸਕੂਲਾਂ ਵਿੱਚ ਅਸੀਂ ਪੜ੍ਹੇ ਆਂ ਸਾਡੇ ਦੋ ਮਾਸਟਰ ਜੀ ਦੁੱਧ ਚਿੱਟੇ ਕੱਪੜੇ ਪਾ ਕੇ ਆਉਂਦੇ ਸਨ। ਔਰ ਉਸ ਵਕਤ ਦੇ ਰਵਾਜ ਦੇ ਮੁਤਾਬਕ ਤੁਰਲੇ ਵਾਲੀ ਪੱਗ ਉੱਪਰ ਨੂੰ ਤੇ ਹੇਠਾਂ ਨੂੰ ਸਫਲਾ ਲਟਕਦਾ ਹੁੰਦਾ ਸੀ। ਤੇ ਉਹ ਸਾਨੂੰ ਛੁੱਟੀ ਵਾਲੇ ਦਿਨ ਇਸ ਕਰ ਲਈ ਸੱਦੇ ਸਨ। ਜੇ ਆਪਣੇ ਕੱਪੜੇ ਉਤਾਰ ਤੇ ਰੁੱਖ ਤੇ ਟੰਗ ਦੇਣੇ ਸਾਨੂੰ ਕਹਣਾ ਉਹ ਛੱਪੜ ਵਿੱਚੋਂ ਗਾਰਾ ਲਿਆਓ ਸਕੂਲ ਦੀ ਚਾਰਦੁਆਰੀ ਦੀਆਂ ਕੰਧਾਂ ਬਣਾਓ ਸਾਡੇ ਕੋਲ ਨਹੀਂ ਸੀ ਇੱਕ ਗਰੀਬੀ ਦਾ ਪੱਖ ਸੀ ਦੂਜਾ ਮਾਨਸਿਕ ਗਰੀਬੀ ਦਾ ਪੱਖ ਕਿ ਸੀ ਮੈਂ ਜਿਹੜੇ ਸਕੂਲ 'ਚ 10ਵੀਂ ਕੀਤੀ ਉਹ ਸਕੂਲ ਦੇ ਵਿੱਚ ਲੜਕੇ ਸਾਰੇ ਟੀਚਰ ਦੇ ਸੱਜੇ ਪਾਸੇ ਬੈਠਦੇ ਸਨ ਲੜਕੀਆਂ ਸਾਰੀਆਂ ਟੀਚਰ ਦੇ ਖੱਬੇ ਪਾਸੇ ਬੈਠਦੀਆਂ ਸਨ ਸਕੂਲਾਂ ਦੀਆਂ ਕਾਪੀਆਂ ਸਾਫ਼ ਹੁੰਦੀਆਂ ਸਨ ਕਿਸੇ ਕਾਪੀ ਤੇ ਕੋਈ ਤਸਵੀਰ ਨਹੀਂ ਸੀ ਹੁੰਦੀ। ਇੱਕ ਮੁੰਡਾ ਸ਼ਹਿਰ ਗਿਆ ਤੇ ਉੱਥੋਂ ਇੱਕ ਨੋਟਬੁੱਕ ਲਿਆ ਜਿਹਦੇ ਉੱਤੇ ਫਿਲਮ ਸਟਾਰ ਮਧੂ ਬੱਲਾ ਦੀ ਤਸਵੀਰ ਸੀ। ਉਹ ਲਗਾ ਕੇ ਸਾਰਿਆਂ ਨੂੰ ਵਿਖਾਵੇ ਤੇ ਸਾਡੀ ਨਜ਼ਰ ਵਿੱਚ ਉਹ ਹੀਰੋ ਸੀ। ਇੱਕ ਦਿਨ ਗਲਤੀ ਨਾਲ ਕੁੜੀਆਂ ਪਹਿਲਾਂ ਆ ਕੇ ਸਾਡੇ ਵਾਲੇ ਪਾਸੇ ਬੈਠ ਗਈਆਂ। ਅਸੀਂ ਉਹਨਾਂ ਵਾਲੇ ਪਾਸੇ ਬੈਠ ਗਏ। ਜਦੋਂ ਮੁੰਡੇ ਨੇ ਨੋਟਬੁੱਕ ਖੋਲੀ ਤੇ ਉਹਦੀ ਜਿਲਦ ਤੇ ਕੁੜੀ ਦੀ ਤਸਵੀਰ ਦਿੱਸੀ। ਕੱਲੀ ਕੱਲੀ ਕੁੜੀ ਉੱਟ ਕੇ ਬਾਹਰ ਚਲੀਆਂ ਗਈਆਂ ਸ਼ਿਕਾਇਤ ਹੋਈ ਪਹਿਲਾਂ ਤਾਂ ਸਾਹਮਣੇ ਕਮਾਦ ਵਿੱਚੋਂ ਗੰਨਾ ਮਗਾ ਕੇ ਉਸ ਬੱਚੇ ਨੂੰ ਟੀਚਰ ਨੇ ਕੁੱਟਿਆ ਫਿਰ ਪ੍ਰਿੰਸੀਪਲ ਨੇ ਕੁੱਟਿਆ ਕੁੜੀ ਦੇ ਮਾਪੇ ਕਹਿਣੇ ਸੀ ਮੁੰਡਾ ਮਾਰ ਦੇਣਾ ਮੁੰਡੇ ਦਾ ਬਾਪ ਆਖੇ ਤੁਸੀਂ ਕਿਉਂ ਮਾਰਨਾ ਮੈਂ ਮਾਰ ਦਿਆਂਗਾ ਬਹੁਤਾ ਫਰਕ ਨਹੀਂ ਅੱਜ ਲੜਕੀਆਂ ਹਵਾਈ ਜਹਾਜ਼ ਚੜਾਉਂਦੀਆਂ ਨੇ ਮੈਂ ਹੁਸੈਨੀ ਵਾਲੇ ਬਾਡਰ ਤੇ ਗਿਆ ਬੀਐਸਐਫ ਵਾਲੀਆਂ ਕੁੜੀਆਂ ਮਿਲੀਆਂ ਇੱਕ ਕੁੜੀ ਮੈਨੂੰ ਉਹ ਮਿਲੀ ਜਿਹਦੇ ਉਥੋਂ ਦੇ ਰਿਵਾਜ ਦੇ ਮੁਤਾਬਕ ਗੁੱਟ ਤੋਂ ਲੈ ਕੇ ਅਰਕ ਤੱਕ ਚੂੜਾ ਸੀ ਦੋਵੇਂ ਪਾਸੇ ਤੇ ਮੋਢੇ ਉੱਤੇ ਏਲਰ ਰਾਈਫਲ ਸੀ ਜਿਹੜੀ ਆਟੋਮੈਟਿਕਲੀ ਮਸ਼ੀਨ ਗਨ ਵਾਂਗ ਫਾਇਰ ਕਰਦੀ ਹੈ ਤੇ ਮੈਂ ਉਹਨੂੰ ਕਿਹਾ ਉਹ ਕਿਸੇ ਦੂਸਰੇ ਰਾਜ ਦੀ ਸੀ ਕਿ ਬੇਟਾ ਕੁਝ ਦਿਨ ਛੁੱਟੀਆਂ ਕਰ ਲੈਂਦੇ ਆਪ ਅਭੀ ਤਾਂ ਨਈ ਨਈ ਸ਼ਾਦੀ ਹੋਈ ਹੈ ਤੇ ਉਹਨੇ ਜਵਾਬ ਪਤਾ ਕਿਦਾਂ ਫਿਰ ਦੇਸ਼ਕੀ ਉਹ ਜੋ ਜ਼ਿੰਮੇਵਾਰੀ ਲਈ ਆਮਨੇ ਜੋ ਫਰਜ਼ ਲਈ ਹੈ ਉਹ ਕੰਨ ਨਾਏਗਾ ਦੁਸ਼ਮਣ ਸਾਹਮਣੇ ਹੈ ਫਿਰ ਮੈਨੂੰ ਆਖਿਆ ਕਦੇ ਰਾਤ ਨੂੰ ਗੋਲੀ ਵੀ ਚੱਲੀ ਤੇ ਉਹਨੇ ਮੈਨੂੰ ਜਵਾਬ ਦਿੱਤਾ ਹਬ ਇਹ ਪੁੱਛਿਆ ਕਭੀ ਕੋਈ ਰਾਤ ਖਾਲੀ ਵੀ ਗਈ ਸਾਡੀਆਂ ਲੜਕੀਆਂ ਅੱਗੇ ਹੁੰਦਾ ਸੀ ਸਾਨੂੰ ਐਵੇਂ ਨਾ ਸਮਝਿਓ ਅਸੀਂ ਚੂੜੀਆਂ ਨਹੀਂ ਪਾਈਆਂ ਤੇ ਹੁਣ ਜਦੋਂ ਮੈਂ ਬਾਰਡਰ ਤੇ ਵੇਖਿਆ ਕਿ ਚੂੜੀਆਂ ਨਹੀਂ ਚੂੜੇ ਵਾਲੀ ਏਲਰ ਆਟੋਮੈਟਿਕ ਲੋਡਿੰਗ ਰਾਈਫਲ ਜਿਹੜੀ ਉਹ ਲੈ ਕੇ ਮਸ਼ੀਨ ਗਨ ਵਰਗੀ ਤੇ ਰਾਤ ਨੂੰ 105 ਫੁੱਟ ਉੱਚੇ ਟਾਵਰ ਤੇ ਚੜ ਕੇ ਮੋਰਚਾ ਸੰਭਾਲਦੀ ਹੈ ਮੈਨੂੰ ਫਖਰ ਮਹਿਸੂਸ ਹੋਇਆ। ਰਡੌਂਦੀਆਂ ਦੇਖਿਆ ਮੈਂ ਦੁਨੀਆ ਦੇ ਕਈ ਦੇਸ਼ਾਂ ਵਿੱਚ ਘੁੰਮ ਚੁੱਕਾ। ਇੱਕ ਸਾਡੇ ਦੇਸ਼ ਦੀ ਕੁੜੀ ਕਲਪਨਾ ਚਾਵਲਾ ਸੀ ਹਰਿਆਣੇ ਦੇ ਪਿੰਡ ਵਿੱਚ ਪੈਦਾ ਹੋਈ ਪਤਾ ਨਹੀਂ ਜਿਸ ਦਿਨ ਜਨਮ ਹੋਇਆ ਕਿੰਨਾ ਅੱਧਾ ਪਿੰਡ ਕਹਿਣ ਗਿਆ ਹੋ ਗਿਆ ਚਲ ਹੌਸਲਾ ਰੱਖੋ ਪੱਥਰ ਜੰਮ ਪਿਆ ਪਰ ਉਹ ਕੁੜੀ ਅਖੀਰ ਸਾਡੀ ਸਮੁੱਚੀ ਦੁਨੀਆ ਦਾ ਮਾਣ ਬਣੀ। ਤਾਰਿਆਂ ਨੂੰ ਫੋੜ ਦੀ ਫੋੜ ਦੀ ਤਾਰਿਆਂ 'ਚ ਤਾਰਾ ਬਣ ਗਈ ਅੱਜ ਇੱਕ ਤਾਰੇ ਦਾ ਨਾਮ ਕਲਪਨਾ ਚਾਵਲਾ ਹੈ। ਫਿਰ ਕੁੜੀਆਂ ਪਿੱਛੇ ਕਿਉਂ? ਇਹਦੇ باوجود ਸਾਡੇ ਸਮਾਜ ਦੇ ਵਿੱਚ ਬਹੁਤ ਸਾਰੀਆਂ ਅਸਲੀਆ ਗੱਲਾਂ ਜਿਹੜੀਆਂ ਗੱਲਾਂ ਨੂੰ ਅਸੀਂ ਜਦੋਂ ਫੋਲਣ ਲੱਗਦੇ ਆ ਤੇ ਮੁਸ਼ਕਲਾ ਆਉਂਦੀਆਂ ਨੇ ਅੱਜ ਕੱਲ ਤੁਸੀਂ ਰੋਜ਼ ਅਖਬਾਰਾਂ ਵਿੱਚ ਪੜ੍ਹਦੇ ਹੋ ਬਹੁਤ ਕੁਛ ਐਸਾ ਜਿਹੜੇ ਮੇਰੇ ਦਸਨ ਦੀ ਲੋੜ ਨਹੀਂ ਮੈਂ ਆਪ ਤੀਦਾ ਬਾਪ ਆ ਮੈਨੂੰ ਪਤਾ ਪਰ ਕੁਝ ਗੱਲਾਂ ਚੰਗੀਆਂ ਵੀ ਹੋ ਰਹੀਆਂ ਉਹਨਾਂ ਚੰਗੀਆਂ ਗੱਲਾਂ ਚ ਇਹ ਹੈ ਕਿ ਬਰਾਬਰੀ ਆ ਰਹੀ ਹੈ ਬਰਾਬਰੀ ਕਿੱਥੋਂ ਤੱਕ ਆ ਰਹੀ ਹੈ ਮੈਂ ਜੇ ਤੁਹਾਡੇ ਕੋਲ ਇਹ ਕਹਿ ਦਿਆਂ ਕਿ ਰੱਬ ਤਾਂ ਰੁੱਸ ਗਈ ਹੈ ਤੇ ਤੁਸੀਂ ਕਹੋਗੇ ਅਸੀਂ ਸਮਝਿਆ ਸੀ ਪੰਜਾਬੀ ਲੇਖਕ ਐ ਇਹਨੂੰ ਪਤਾ ਨਹੀਂ ਰੱਬ ਰੁੱਸ ਗਈ ਨਹੀਂ ਰੁੱਸ ਗਿਆ ਹੁੰਦਾ ਫਿਰ ਮੈਂ ਤੁਹਾਨੂੰ ਦੱਸਾਂਗਾ ਕਿ ਦਾ ਕਾਰਨ ਕੀ ਆ ਕਿਸੇ ਵਕਤ ਚੇਅਰਮੈਨ ਹੁੰਦਾ ਕਿਉਂਕਿ ਉਹ ਮੈਂ ਨਹੀਂ ਬੰਦੇ ਸਿਰਫ ਚੇਅਰ ਪਰਸਨ ਕਹਿੰਦੇ ਇਹ ਦੁਨੀਆ ਬਦਲ ਰਹੀ ਹੈ ਬਦਲਦੀ ਦੁਨੀਆ ਦੇ ਜੋਗ ਵਿੱਚੋਂ ਤੁਸੀਂ ਇੰਗਲੈਂਡ ਦੇ ਵਿੱਚ ਕ੍ਰਿਸਚੀਅਨ ਰਿਲੀਜੀਅਨ ਦੇ ਵਿੱਚ ਔਰਤਾਂ ਨੇ ਇਸ ਗੱਲ ਦੀ ਲੜਾਈ ਲੜੀ ਕਿ ਸਾਨੂੰ ਸਿਰਫ ਨਾਨੀ ਰੱਖਣਾ ਸਾਨੂੰ ਸਾਧਵੀਆਂ ਰੱਖਣਾ ਅਸੀਂ ਪਾਦਰੀ ਕਿਉਂ ਨਹੀਂ ਬਣ ਸਕਦੀਆਂ ਅਸੀਂ ਪ੍ਰੀਸਟ ਕਿਉਂ ਨਹੀਂ ਬਣ ਸਕਦੇ ਉਹਨਾਂ ਨੂੰ ਹੱਕ ਦੇ ਦਿੱਤਾ ਗਿਆ ਕਿ ਪ੍ਰੀਸਟ ਬਣ ਸਕਦੀਆਂ ਨੇ ਅਗਲੀ ਗੱਲ ਫਿਰ ਉੱਥੇ ਇੱਕ ਚੱਲ ਪਈ ਕਿ ਹਮੇਸ਼ਾ ਜਦੋਂ ਵੀ ਗੋਡ ਦੀ ਗੱਲ ਕਹਿੰਦੇ ਆ ਤੇ ਆਲਮਾਈਟੀ ਹੀ ਕਿਉਂ ਕਹਿੰਦੇ ਆ ਵਾਈ ਨਾਟ ਸ਼ੀ ਇਹ ਕਿੱਥੇ ਲਿਖਿਆ ਕਿ ਰੱਬ ਸਿਰਫ ਮਰਦ ਹੀ ਹੈ ਰੱਬ ਔਰਤ ਕਿਉਂ ਨਹੀਂ ਮੈਂ ਉੱਥੇ ਗਿਆ ਮੈਨੇ ਉਹਨਾਂ ਪੁੱਛਿਆ ਕਹਿੰਦੇ ਇਹ ਕ੍ਰਿਸਟਿਨਾਂ ਚ ਕੀ ਚੱਲ ਪਿਆ ਉਹ ਕਹਿੰਦੇ ਹੀ ਤੇ ਸ਼ੀ ਨਹੀਂ ਲਿਖਣਾ ਦੋਵੇਂ ਪ੍ਰਭ ਕਹਿੰਦੇ ਰੱਬ ਮੇਲੋ ਕਿ ਫੀਮੇਲ ਹੈ ਇਹ ਕੀ ਚੱਕਰ ਹੈ ਮੈਨੂੰ ਇੰਗਲੈਂਡ ਚ ਇੱਕ ਗੋਸ਼ਟੀ ਚ ਇਹ ਗੱਲ ਪੁੱਛੀ ਗਈ ਮੈਂ ਕਿਹਾ ਜੀ ਤੁਸੀਂ ਬਾਅਦ ਵਿੱਚ ਪੁੱਛੀ ਹੈ ਇੱਕ ਹੋਰ ਟੰਗ ਨਾਲ ਮੈਨੂੰ ਜਲੰਧਰ ਦੇ ਕੁੜੀਆਂ ਦੇ ਇੱਕ ਕਾਲਜ ਵਿੱਚ ਇੱਕ ਬੱਚੇ ਨੇ ਪੁੱਛਿਆ ਸੀ ਸਾਨੂੰ ਇਹ ਦੱਸੋ ਕਿ ਵਿਆਹ ਦੇ ਵੇਲੇ ਕੁੜੀ ਹਮੇਸ਼ਾ ਖੱਬੇ ਪਾਸੇ ਕਿਉਂ ਬੈਠਦੀ ਮੁੰਡਾ ਸੱਜੇ ਕਿਉਂ ਬੈਠਦਾ ਹੁਣ ਇੱਥੇ ਆ ਕੇ ਮੈਂ ਤੁਹਾਨੂੰ ਇੱਕ ਗੱਲ ਕਹਿਣੀ ਚਾਹੁੰਦਾ ਤੁਹਾਡੇ ਵਿੱਚ ਕੁਝ ਬੱਚੇ ਆ ਜਿਹੜੇ ਹਿਸਟਰੀ ਦੇ ਸਟੂਡੈਂਟ ਨੇ ਡਿਗਰੀਆਂ ਲਈਆਂ ਤੁਸੀਂ ਇਹ ਹਿਸਟਰੀ ਹਾਤੀ ਦੇ ਦੰਗ ਦੰਦ ਖਾਣ ਦੇ ਹੋਰ ਵਿਖਾਉਣ ਦੇ ਹੋਰ ਹੁੰਦੇ ਹਿਸਟਰੀ ਵੀ ਜਿਹੜੀ ਤੁਸੀਂ ਪੜ੍ਹਦੇ ਹੋ ਅਕਬਰ ਬਾਦਸ਼ਾਹ ਦੀ ਹਿਸਟਰੀ ਹੈ ਰਜੀਆਂ ਸੁਲਤਾਨਾਂ ਦੀ ਹਿਸਟਰੀ ਹੈ ਇਹ ਹਿਸਟਰੀ ਹੈ ਮਹਾਰਾਜਾ ਰਣਜੀਤ ਸਿੰਘ ਦੀ ਹਿਸਟਰੀ ਹੈ ਰਾਣਾ ਪ੍ਰਤਾਪ ਦੀ ਹੈ ਸ਼ਿਵਾਜੀ ਮਰਾਠੇ ਦੀ ਹੈ ਇਹ ਅਕੈਡਮਿਕ ਹਿਸਟਰੀ ਹੈ ਮੈਨ ਕਾਈਂਡ ਦੀ ਮਨੁੱਖਤਾ ਦੀ ਉਹ ਹਿਸਟਰੀ ਹੋਰ ਹੈ ਤੇ ਅਸਲੀ ਹਿਸਟਰੀ ਉਹ ਉਹ ਹਿਸਟਰੀ ਅਮੀਬਾ ਤੇ ਪੈਰਾਮੇਸੀਅਮ ਤੁਰਦੀ ਹੈ ਫਿਰ ਉਹ ਡੱਡੂਆਂ ਤੇ ਮੱਛੀਆਂ ਤੇ ਜਾਂਦੀ ਹੈ ਫਿਰ ਬਾਂਦਰ ਤੇ ਜਾਂਦੀ ਹੈ ਤੇ ਬਾਂਦਰ ਤੋਂ ਬੰਦੇ ਤੇ ਆਉਂਦੀ ਹੈ ਬੰਦਾ ਪਹਿਲਾਂ ਜੰਗਲਾਂ 'ਚ ਫਿਰਦਾ ਸੀ ਫਿਰ ਬਸਤੀਆਂ 'ਚ ਆਇਆ ਜਦੋਂ ਬਸਤੀਆਂ ਕਿਉਂ ਨੇ ਆ ਕੇ ਨਗਰ ਬਸਾਏ ਨਗਰ ਬੜਿਆ ਤੇ ਨਾਗਰਿਕ ਬਣ ਗਿਆ ਸਿਟੀ ਬਣਿਆ ਤੇ ਸਿਟੀਜ਼ਨ ਬਣ ਗਿਆ ਹਿਸਟਰੀ ਆਫ ਇਹਨੂੰ ਪੜਨ ਦੀ ਲੋੜ ਮੈਨੂੰ ਜਲੰਧਰ ਦੇ ਕਾਲਾ ਕਿ ਕਿਉਂਕਿ ਉਹਨੇ ਤਸਵੀਰ ਬਣਾਉਣ ਲੱਗਿਆ ਇੱਕ ਪਾਸਾ ਮਰਦ ਦਾ ਬਣਾਉਣਾ ਸੀ ਇੱਕ ਪਾਸਾ ਇਸਤਰੀ ਦਾ ਬਣਾਉਣਾ ਸੀ ਜਿਉ ਉਸ ਵਕਤੋਂ ਇਸਤਰੀ ਦਾ ਸੱਜੇ ਪਾਸਾ ਬਣਾਉਂਦਾ ਤੇ ਵਿਆਹ ਦੇ ਵੇਲੇ ਅੱਜ ਤੱਕ ਇਸਤਰੀਆਂ ਸੱਜੇ ਪਾਸੇ ਬੈਣੀਆਂ ਸੀ ਉਨੇ ਕਿਉਂਕਿ ਉਸ ਵੇਲੇ ਖੱਬਾ ਪਾਸਾ ਬਣਾਤਾ ਉਹਦੇ ਤੋਂ ਰਵੈਤ ਬਣ ਗਈ ਅਰਧਨਾਰੀਸ਼ਵਰ ਉੱਥੇ ਆ ਕੇ ਅੱਜ ਦੀ ਤਰੀਕ ਤੱਕ ਕੁੜੀਆਂ ਖੱਬੇ ਪਾਸੇ ਮਠਾਈਆਂ ਜਾਂਦੀਆਂ ਪਰ ਇਹਦਾ ਮਤਲਬ ਇਹ ਨਹੀਂ ਕਿ ਕੁੜੀ ਜਿਹੜੀ ਕੋਈ ਗਲਤ ਹੁੰਦੀ ਹੈ ਮੁੰਡਾ ਕੋ ਵਧੀਆ ਹੁੰਦਾ ਇਹਦਾ ਮਤਲਬ ਇਹ ਹੈ ਕਿ ਸਾਡੇ ਵਿੱਚ ਸਮਾਜ ਵਿੱਚ ਅਰਧਨਾਰੀਸ਼ਵਰ ਦਾ ਉਹ ਕਨਸੈਪਟ ਸੀ ਜਿਹੜਾ ਅੱਜ ਦੇ ਇੰਗਲੈਂਡ ਵਿੱਚ ਹੀ ਤੇ ਸ਼ੀਦੇ ਉੱਤੇ ਆ ਕੇ ਅੜ ਗਿਆ ਕਿ ਰੱਬ ਹੁੰਦਾ ਕਿ ਹੁੰਦੀ ਹੈ ਇਹ ਗੱਲ ਤੁਹਾਨੂੰ ਸਮਝਣ ਦੀ ਲੋੜ ਆ ਤੁਹਾਡੀ ਅਸਲੀ ਹਿਸਟਰੀ ਹੈ ਅਸਾਂ ਕਿ ਬਹੁਤ ਸਾਰੀਆਂ ਗੱਲਾਂ ਐਸੀਆਂ ਨੇ ਜਿਹੜੀਆਂ ਮੈਂ ਕਰਨ ਲੱਗ ਪਾਵਾਂ ਤੇ ਅਸੀਂ ਬਹੁਤ ਦੂਰ ਤੱਕ ਜਾਵਾਂਗੇ ਸਾਡੇ ਕੋਲ ਜੋ ਕੁਛ ਅੱਜ ਦੇ ਯੁੱਗ ਵਿੱਚ ਇਹ ਸਾਰਾ ਕੁਝ ਇੱਥੇ ਰਾਤੋਂ ਰਾਤ ਨਹੀਂ ਬਣ ਗਿਆ ਸਾਨੂੰ ਕਿਸੇ ਕੰਪਿਊਟਰ ਨੇ ਨਹੀਂ ਦਿੱਤਾ ਸਾਡੇ ਕੋਲ ਕਿੱਥੋਂ ਆਇਆ ਸਾਡੇ ਵੱਡੇ-ਵਡੇਰਿਆਂ ਤੋਂ ਲੈ ਕੇ ਲੈਂਗੁਏਜ ਸਾਡੀ ਭਾਸ਼ਾ ਡਿਵੈਲਪ ਕਰਦੀ ਆਈ ਦੇ ਦਾ ਅੰਤ ਹੋਇਆ ਦੇ ਅੰਤ ਦੁਆਨੁਰਾ ਕੇ ਦੇ ਹਾਂਤ ਬਣ ਗਿਆ ਮੇਰੇ ਕੋਲ ਬੱਚੇ ਉੱਥੇ ਕੰਪਿਊਟਰ ਰੂਮ ਚੋਂ ਆਏ ਕਹਿੰਦੇ ਸਰ ਕੰਠਾ ਲਿਖਣਾ ਕਿ ਕੈਂਠਾ ਲਿਖਣਾ ਮੈਂ ਕਿਹਾ ਜੀ ਲਿਖੋ ਤੁਸੀਂ ਕੰਠਾ ਕਿਉਂ ਕਿ ਅਸੀਂ ਬੋਲਦੇ ਕੰਠਾ ਪਰ ਅਸਲ ਵਿੱਚ ਕੰਠਾ ਹੁੰਦਾ ਕਹਿੰਦੇ ਕਿਉਂ ਕਿ ਮੈਂ ਕਿਹਾ ਹਿੰਦੀ ਦੀ ਗਲੇ ਨੂੰ ਕੰਠ ਕਹਿੰਦੇ ਸੀ ਇਹ ਕੰਠ ਦੇ ਦੁਆਲੇ ਪਾਇਆ ਜਾਂਦਾ ਸੀ ਉੱਥੋਂ ਤੁਰਿਆ ਮੇਰੇ ਕੋਲ ਆ ਕੇ ਕਹਿੰਦੇ ਜੀ ਨੇਪਾਲ ਦੇ ਰਾਜੇ ਨੂੰ ਨਰੇਸ਼ ਕਿਉਂ ਕਹਿੰਦੇ ਉਹ ਤਾਂ ਨਾ ਨਰੇਸ਼ ਕੁਮਾਰ ਮੈਂ ਕਿਹਾ ਨਹੀਂ ਉਹਦਾ ਨਾਂ ਕਿੰਗ ਵੀਰ ਬਰੇਂਦਰ ਵਿਕਰਮਸ਼ਾਹ ਪਰ ਨਰੇਸ਼ ਇਸ ਕਰਕੇ ਕਹਿੰਦੇ ਆ ਕਿਉਂਕਿ ਪੁਰਾਣਾ ਕਨਸੈਪਟ ਸੀ ਕਿ ਰਾਜਾ ਜਿਹੜਾ ਉਹ ਰੱਬ ਦਾ ਰੂਪ ਹੁੰਦਾ ਨਰ ਦੇ ਰੂਪ ਵਿੱਚ ਈਸ਼ਵਰ ਹੈ ਨਰ ਤੇ ਈਸ਼ਵਰ ਨੂੰ ਆਖਿਆ ਦਾ ਨਰੇਸ਼ ਰੱਖਿਆ ਗਿਆ ਉਹ ਇੱਕ ਉਹਦਾ ਬਨ ਨਰੇਸ਼ ਕਿ ਰੱਬ ਦੇ ਰੂਪ ਵਿੱਚ ਰਾਜਾ ਤੇ ਸੇਵਾ ਕਰੇ ਉਹ ਇਦਾਂ ਬਹੁਤ ਸਾਰੀਆਂ ਮੇਰੇ ਮਿੱਤਰ ਇੱਕ ਹਾਈ ਕੋਰਟ ਦੇ ਜੱਜ ਹੁੰਦੇ ਸਨ ਐਸ ਵੜੇ ਦੁਨੀਆ ਤਿੰਨੇ ਰਹਿ ਗਏ ਮੇਰੇ ਨਾਲ ਬਹੁਤ ਜ਼ਿਆਦਾ ਪਿਆਰ ਸੀ ਸਮਾਜ ਵਿਗਿਆਨੀ ਵੀ ਸਨ ਇਸ ਗੱਲ ਤੇ ਕੌੜ ਮਨਾਉਂਦੇ ਸਨ ਕਿ ਸਮਾਜ ਬੰਦੇ ਦੀ ਚਿੰਤਾ ਕਿਉਂ ਨਹੀਂ ਕਰਦਾ ਪਰ ਕਦੇ-ਕਦੇ ਹੱਦ ਤੋਂ ਅੱਗੇ ਲੰਘ ਜਾਂਦੇ ਸਨ ਜਿਹੜਾ ਸੱਚਾ ਬੰਦਾ ਹੁੰਦਾ ਜਦੋਂ ਉਹਨੂੰ ਕੌੜ ਚੜਦੀ ਹੈ ਫਿਰ ਕੌੜ ਤੁਰਦਿਆਂ ਤੁਰਦਿਆਂ ਕਈ ਵਾਰੀ ਇਸ ਹੱਦ ਤੱਕ ਲੈ ਜਾਂਦੀ ਹੈ ਕਿ ਬਾਕੀ ਸਭ ਕੁਝ ਉਹਨੂੰ ਪੋਜਿਟਿਵਿਟੀ ਭੁੱਲ ਜਾਂਦੀ ਹੈ ਸਿਰਫ ਨੈਗੇਟਿਵਿਟੀ ਯਾਦ ਰਹਿੰਦੀ ਹੈ ਜਲੰਧਰ ਦੇ ਇੱਕ ਸੈਮੀਨਾਰ 'ਚ ਉਹਨਾਂ ਨੇ ਇਹ ਕਰਨਾ ਸ਼ੁਰੂ ਕਰਤਾ ਬੰਦਾ ਰੁੱੜਦਾ ਪਿਆ ਸਮਾਜ ਚਿੰਤਾ ਨਹੀਂ ਕਰਦਾ ਬੰਦਾ ਫੁੱਟਪਾਥ ਤੇ ਸੁੱਤਾ ਸਮਾਜ ਚਿੰਤਾ ਨਹੀਂ ਕਰਦਾ ਇਹ ਸਮਾਜ ਨੇ ਬੰਦੇ ਲਈ ਕੀਤਾ ਕੀ ਉਹਨਾਂ ਤੋਂ ਬਾਅਦ ਮੈਂ ਬੋਲਣਾ ਸੀ ਮੈਂ ਕਿਹਾ ਜੀ ਜੱਜ ਸਾਹਿਬ ਆਪਾਂ ਮਿੱਤਰ ਆ ਪੁਰਾਣੇ ਮੈਨੂੰ ਇਹ ਤੁਸੀਂ ਦੱਸੋ ਤੁਹਾਡੇ ਵਾਸਤੇ ਸਮਾਜ ਨੇ ਕੁਝ ਨਹੀਂ ਕੀਤਾ ਤੁਹਾਨੂੰ ਹਾਈ ਕੋਰਟ ਦੇ ਜੱਜ ਬਣਾਤਾ ਕਹਿੰਦੇ ਇਹਦੇ ਵਿੱਚ ਸਮਾਜ ਦੀ ਕੀ ਦੇਣ ਹੈ ਮੇਰੇ ਪਿਤਾ ਜੀ ਨੇ ਪੈਸੇ ਖਰਚੇ ਮੈਂ ਪੜਦਾ ਗਿਆ ਮੈਂ ਹਾਈ ਕੋਰਟ ਦੇ ਜੱਜ ਤੱਕ ਚਲਾ ਗਿਆ ਸਮਾਜ ਨੇ ਕੀ ਦਿੱਤਾ ਮੈਂ ਕਿਹਾ ਜੀ ਜਿਹੜੇ ਤੁਹਾਡੇ ਪਿਤਾ ਜੀ ਨੇ ਨੋਟ ਖਰਚੇ ਸਨ ਉਹ ਤੁਹਾਡੇ ਪਿਤਾ ਜੀ ਨੇ ਘਰ ਛਾਪੇ ਸਨ ਉਹ ਨੋਟ ਸਮਾਜ ਨੇ ਛਾਪੇ ਸਨ ਕਿਸੇ ਨੇ ਟਾਕੀਆਂ ਇਕੱਠੀਆਂ ਕੀਤੀਆਂ ਕਿਸੇ ਨੇ ਮਿਲ ਦੇ ਵਿੱਚ ਕਾਗਜ਼ ਬਣਾਇਆ ਕਿਸੇ ਨੇ ਨੋਟ ਛਾਪੇ ਸਨ ਕਿਸੇ ਨੇ ਉਹਨਾਂ ਨੋਟਾਂ ਦੀ ਕੀਮਤ ਤੈਅ ਕੀਤੀ ਸੀ ਉਹਨਾਂ ਨੋਟਾਂ ਦੇ ਉੱਤੇ 1 ਰੁਪਿਆ ਜਾਂ 1000 ਰੁਪਿਆ ਲਿਖਣ ਵਾਸਤੇ ਜਿਹੜੀ ਭਾਸ਼ਾ ਵਿੱਚ ਲਿਖਿਆ ਗਿਆ ਉਹ ਸਮਾਜ ਨੇ ਦਿੱਤੀ ਸੀ ਜਿਹੜੀ ਹਾਈ ਕੋਰਟ ਬਣਾਈ ਉਹ ਤੁਹਾਡੇ ਪਿਤਾ ਜੀ ਨੇ ਨਹੀਂ ਸਮਾਜ ਨੇ ਬਣਾਈ ਸੀ ਔਰ ਉਸੇ ਹੀ ਹਾਈ ਕੋਰਟ ਨੇ ਉਹਦੇ ਵਿੱਚ ਪਤਾ ਨਹੀਂ ਕੀ ਕੁਛ ਉੱਤੋਂ ਬਾਅਦ ਹੁੰਦਾ ਪਿਆ ਫਿਰ ਤੁਸੀਂ ਮੈਂ ਕਿਹਾ ਜਿਹੜੀ ਉੱਥੇ ਕਾਨੂੰਨ ਪੜਾਉਂਦੇ ਪਏ ਹੋ ਉਸ ਸਮਾਜ ਦੇ ਵਿੱਚ ਹਾਈ ਕੋਰਟ ਦੇ ਵਿੱਚ ਉਹ ਕਾਨੂੰਨ ਕਿੰਨੇ ਬਣਾਏ ਸੀ ਉਹ ਕਾਨੂੰਨ ਸਮਾਜ ਨੇ ਬਣਾਏ ਸੀ ਮੈਂ ਬਾਤ ਚ ਉਹਨਾਂ ਨੂੰ ਆਖਿਆ ਤੁਸੀਂ ਮੇਰੇ ਸਾਹਮਣੇ ਖੜੇ ਹੋ ਮੇਰੇ ਵੱਲ ਜਰਾ ਝਾਕੋ ਐ ਇੱਕ ਕਮੀਜ਼ ਮੈਂ ਪਾਈ ਆ ਤੁਹਾਨੂੰ ਇਹ ਪਤਾ ਕਿੱਦਾਂ ਬਣੀ ਕਿਸੇ ਨੂੰ ਵੀ ਪੁੱਛਿਆ ਗਿਆ ਉਹ ਕਹੇਗਾ ਬਜਾਉ ਦਿੱਤੀ ਮੈਂ ਪੈਸੇ ਖਰਚੇ ਸੀ ਕਮੀਜ਼ ਬਣ ਗਈ ਮੈਂ ਕਿਹਾ ਮੈਂ ਕਮੀਜ਼ ਨੂੰ ਨਹੀਂ ਵੇਖਦਾ ਮੈਨੂੰ ਕਮੀਜ਼ ਵੇਖਦੇ ਸਾਰੇ ਚੇਤਾ ਆਉਂਦਾ ਕਿ ਕਿਸਾਨ ਨੇ ਪਹਿਲਾਂ ਖੇਤਾਂ 'ਚ ਪਾਣੀ ਦੇ ਕੇ ਜ਼ਮੀਨ ਤਿਆਰ ਕੀਤੀ ਸੀ ਫਿਰ ਲੋਕ ਸੁੱਤੇ ਪੈ ਸਨ ਉਹਨੇ ਤੜਕੇ ਜਾ ਕੇ ਹੜਵਾਇਆ ਤੇ ਕੱਲਾ-ਕੱਲਾ ਬੜੇ ਮੈਂ ਕਿ ਸੁੱਟਿਆ ਸੀ ਉਹ ਚੁੱਕ ਪਾ ਉੱਗ ਗਈ ਤੇ ਫਿਰ ਕਪਾਹ ਚੁਣਨ ਵਾਸਤੇ ਕੁੜੀਆਂ ਗਈਆਂ ਸਨ ਜਦੋਂ ਕਪਾਹ ਲੈ ਆਂਦੇ ਲੱਦ ਕੇ ਲੈ ਕੇ ਗਏ ਗੁਜਰਾਤ ਦੀਆਂ ਫੈਕਟਰੀਆਂ 'ਚ ਜਾਣ ਵਾਸਤੇ ਟਰੱਕ ਬਣਾਇਆ ਕਿਸੇ ਨੇ ਟਾਇਰ ਕਿਸੇ ਨੇ ਤੇਲ ਕਿਸੇ ਨੇ ਚਲਾਉਣ ਵਾਲਾ ਕੋਈ ਸੀ ਉੱਥੋਂ ਦੀ ਮਿਲ ਦੇ ਵਿੱਚ ਕਪੜਾ ਬਣਾਉਣ ਵਾਲਾ ਕੋਈ ਸੀ ਜਦੋਂ ਦੁਕਾਨਦਾਰ ਕੋਲ ਆ ਗਿਆ ਦੁਕਾਨਦਾਰ ਕੋਈ ਹੈ ਪਰ ਉਸ ਦੁਕਾਨਦਾਰ ਦੀ ਕੈਂਚੀ ਕਿਸੇ ਕਾਰਖਾਨੇ 'ਚੋਂ ਬਣ ਕੇ ਆਈ ਮੀਟਰ ਕਿਸੇ ਕਾਰਖਾਨੇ 'ਚੋਂ ਬਣ ਕੇ ਆਇਆ ਦਰਜੀ ਨੂੰ ਦਿੱਤਾ ਉਹਦੇ ਕੋਲ ਧਾਗਾ ਕਿੱਥੋਂ ਆਇਆ ਬਟਨ ਕਿੱਥੋਂ ਆਏ ਨੇ ਸਮਾਜ ਦੀਆਂ ਇੰਨੀਆਂ ਨੁਕੜਾਂ ਖੇਤਾ 'ਚ ਫਿਰਦੇ ਕਿਸਾਨ ਤੋਂ ਲੈ ਕੇ ਨਰਮਾ ਚੁੰਨਣ ਵਾਲੀ ਚੋਣੀ ਤੋਂ ਲੈ ਕੇ ਗੁਜਰਾਤ ਦੇ ਉਸ ਬੰਦੇ ਤੋਂ ਤੇ ਡਰੱਗ ਵਾਲੇ ਤੋਂ ਤੇ ਦਰਜੀ ਤੱਕ ਸਮਾਜ ਦੀਆਂ ਇੰਨੀਆਂ ਨੁਕਰਾਂ ਦੇ ਹੱਥ ਨਾਲ ਲੱਗੇ ਹੁੰਦੇ ਤੇ ਮੈਂ ਆ ਕਮੀਜ਼ ਪਾਉਣ ਯੋਗਾ ਨਹੀਂ ਸਨ ਮੈਂ ਉਹ ਮਾਨੁਸ਼્ય ਕਰਦੇ ਹੁੰਦੇ ਸਨ ਕਿ ਮੈਂ ਇਸ ਸਮਾਜ ਦਾ ਦੇਣਦਾਰ ਨਹੀਂ ਇਸ ਸਮਾਜ ਨੇ ਮੈਨੂੰ ਲੋਕਾਂ ਵਿੱਚ ਲੋਕ ਬਣ ਕੇ ਮਨੁੱਖਾਂ ਵਿੱਚ ਮਨੁੱਖ ਬਣ ਕੇ ਖਲੋਣ ਦਾ ਦਰਜਾ ਦਿੱਤਾ ਇਸ ਕਰਕੇ ਮੈਂ ਇਸ ਸਮਾਜ ਦਾ ਦੇਣਦਾਰ ਆ ਮੈਂ ਤੁਹਾਨੂੰ ਇਹ ਕਹਿਣਾ ਕਿ ਇਥੋਂ ਬਾਹਰ ਜਦੋਂ ਜਾਓਗੇ ਇਹ ਚੇਤਾ ਰੱਖਿਓ ਕਿ ਤੁਸੀਂ ਸਮਾਜ ਦਾ ਹਿੱਸਾ ਹੈ ਇਸ ਸਮਾਜ 'ਚ ਤੁਰੇ ਫਿਰਦੇ ਆ ਸਾਡੇ ਕੋਲੋਂ ਭੁੱਲਾ ਵੀ ਹੋ ਜਾਂਦੀਆਂ ਕੋਈ ਇਹੋ ਜਿਹਾ ਨਹੀਂ ਜਿਹਤੋਂ ਭੁੱਲ ਨਹੀਂ ਹੁੰਦੀ ਵੱਡੇ-ਵੱਡਿਆਂ ਤੋਂ ਭੁੱਲਾ ਹੋ ਜਾਂਦੀਆਂ ਰੂਸ ਵਿੱਚ ਕਾਮਰਡ ਲੈਨਨ ਨੇ ਇਨਕਲਾਬ ਕਰ ਦਿੱਤਾ ਸੀ ਜੇ ਉਹਨੂੰ ਪੁੱਛਿਆ ਗਿਆ ਸੀ ਤੇਰੇ ਤੋਂ ਕਦੇ ਕੋਈ ਭੁੱਲ ਹੋਈ ਕਹਿੰਦਾ ਦੁਨੀਆ ਦੇ ਉੱਤੇ ਸਿਰਫ ਦੋ ਜਣੇ ਭੁੱਲ ਨਹੀਂ ਕਰਦੇ ਬਾਕੀ ਸਭ ਤੋਂ ਹੁੰਦੀ ਹੈ ਉਹ ਕਹਿੰਦਾ ਜਿਹੜੇ ਦੋ ਭੁੱਲ ਨਹੀਂ ਕਰਦੇ ਉਹ ਕੌਣ-ਕੌਣ ਆ ਕਹਿੰਦੇ ਇੱਕ ਜਿਹੜਾ ਅਜੇ ਮਾਂ ਦੇ ਪੇਟ ਵਿੱਚ ਹੈ ਦੁਨੀਆ ਤੇ ਨਹੀਂ ਆਇਆ ਤੇ ਦੂਜਾ ਜਿਹੜਾ ਕਬਰ ਵਿੱਚ ਲੇਟ ਚੁੱਕਾ ਜਿਹੜਾ ਭੁੱਲ ਕਰਨ ਯੋਗ ਨਹੀਂ ਰਹਿ ਗਿਆ ਬਾਕੀ ਸਭ ਲੋਕ ਭੁੱਲ ਕਰ ਸਕਦੇ ਆ ਮੈਂ ਵੀ ਕਰ ਸਕਦਾ ਇਹ ਪੁੱਲ ਮੇਰ ਤੋਂ ਹੋ ਸਕਦੀ ਹੈ ਇਹ ਪੁੱਲ ਤੁਹਾਡੇ ਤੋਂ ਹੋ ਸਕਦੀ ਹੈ ਪੁੱਲ ਕਿਸੇ ਵੀ ਥਾਂ ਤੋਂ ਹੋ ਸਕਦੀ ਹੈ ਪਰ ਜੇ ਕਿਤੇ ਅਚੇਤ ਤੌਰ ਤੇ ਹੋ ਜੇ ਅਣਜਾਣੇ ਚ ਹੋ ਜੇ ਉਹਦੀ ਮਾਫੀ ਤੁਸੀਂ ਮੰਗ ਸਕਦੇ ਆ ਪਰ ਕਈ ਵਾਰੀ ਅਸੀਂ ਕਰ ਲੈਂਦੇ ਆ ਇਹਦੇ ਚ ਯਾਦ ਰੱਖਿਓ ਕਬੀਰ ਜੀ ਕਹਿੰਦੇ ਆ ਕਬੀਰ ਮਨ ਜਾਣੇ ਸਭ ਬਾਤ ਜਾਣਤ ਹੀ ਯੋਗਣ ਕਰੇ ਕਾਹੇ ਕੀ ਕੁਸ਼ਲਤ ਕੁਸ਼ਲਤਾ ਦਾ ਮਤਲਬ ਕੁਸ਼ਲਤਾ ਯੋਗਤਾ ਕਾਹੇ ਕੀ ਕੁਸ਼ਲਤ ਹਾਥ ਦੀਪ ਹੱਥ ਦੇ ਕੂਹ ਦੀਵਾ ਰੱਖਿਆ ਕੂਏ ਪਰੇ ਯਾਨੀ ਖੂਚ ਜੱਡ ਗਿਆ ਕਬੀਰ ਤੂੰ ਕਿੱਦਾਂ ਦਾ ਬੰਦਾ ਸਭ ਕੁਝ ਪਤਾ ਸੀ ਫਿਰ ਗੁਨਾਹ ਕੀਤਾ ਹੱਥ ਦੇ ਉੱਤੇ ਦੀਵਾ ਰੱਖਿਆ ਤੇ ਫਿਰ ਜਾ ਕੇ ਖੂਚ ਡਿੱਗ ਪਿਆ ਤੁਹਾਨੂੰ ਉਹਦੇ ਤੋਂ ਬਚਣਾ ਪੈਗਾ ਮੈਂ ਬੇਨਤੀ ਕਰੂੰਗਾ ਮੈਂ ਸਮਾਜ ਵਿੱਚ ਜਾਵਾਂਗਾ ਇੱਕ ਗੱਲ ਤਾਂ ਚੇਤਾ ਰੱਖਿਓ ਕਿ ਤੁਹਾਡੇ ਉੱਤੇ ਇੱਕ ਸਮਾਜਿਕ ਜ਼ਿੰਮੇਵਾਰੀ ਹੈ ਪਹਿਲੀ ਗੱਲ ਕਿ ਕਾਮਯਾਬ ਕਿਦਾਂ ਹੋਣ ਤੇ ਦੂਜੀ ਗੱਲ ਕਿ ਜੇ ਕਾਮਯਾਬ ਹੋ ਗਏ ਆ ਤੇ ਤੁਸੀਂ ਇਸ ਸਮਾਜ ਪ੍ਰਤੀ ਤੁਹਾਡਾ ਕੀ ਫਰਜ ਹੈ ਉੱਥੇ ਬਾਅਦ ਮੈਂ ਗੱਲ ਮੁਕਾਦਣੀ ਹੈ ਕਾਮਯਾਬੀ ਦਾ ਗੁਰ ਕੀ ਆ ਪੱਛਮੀ ਦੇਸ਼ਾਂ ਦੇ ਵਿੱਚ ਕਿਉਂਕਿ ਮੈਂ ਕਈ ਦੇਸ਼ਾਂ 'ਚ ਘੁੰਮ ਚੁੱਕਾ ਉੱਥੋਂ ਦੀਆਂ ਕਲਚਰ ਦੀਆਂ ਗੱਲਾਂ ਵੀ ਮੈਂ ਸੁਣਦਾ ਪੱਛਮੀ ਦੇਸ਼ਾਂ 'ਚ ਇੱਕ ਕਲਚਰ ਹੈ ਕਿ ਛੁੱਟੀਆਂ ਦੇ ਦਿਨਾਂ 'ਚ ਬੱਚੇ ਵਰਕ ਹੌਲੀਡੇ ਵਾਸਤੇ ਜਾਂਦੇ ਫਾਰਮਾਂ ਤੇ ਚਲ ਜਾਂਦੇ ਕਿਸਾਨਾਂ ਨਾਲ ਕੰਮ ਕਰਦੇ ਜਿੰਨੇ ਦਿਨ ਕੰਮ ਕਰਦੇ ਆ ਨਾਲੇ ਤਾਂ ਨਵੇਂ ਅਗਿਆਲੇ ਤਾਂ ਸਿੱਖਦੇ ਨੇ ਨਾਲੇ 4 ਪੈਸੇ ਕਮਾਉਂਦੇ ਨੇ ਇਹ ਸਭ ਕੁਝ ਹੁੰਦਾ ਇੱਕ ਫਾਰਮ ਹਾਊਸ ਤੇ ਇੱਕ ਫਾਰਮਰ ਦੇ ਕੋਲ ਮੁੰਡਾ ਚਲਾ ਗਿਆ ਉਹਨੇ ਕਿਹਾ ਸਰ ਆਈ ਨੀਡ ਜੌਬ ਜਸਟ ফর ਵਰਕ ਹਾਲੀਡੇ ਤੇ ਉਹ ਚਲਾਉਣਾ ਆਉਂਦਾ ਮੁੰਡਾ ਕਹਿੰਦਾ نو ਆਈ ਡੋਨਟ نو ਕਹਿੰਦੇ ਤੈਨੂੰ گاਵਾ ਦਾ ਦੁੱਧ ਚੋਣਾ ਆਉਂਦਾ ਸਾਡੇ ਕੋਲ ਤਾਂ 200 گاਵਾ ਨੇ ਫਾਰਮ ਹਾਊਸ ਤੇ ਕਹਿੰਦੇ نو ਆਈ ਡੋਨਟ نو ਉਹ ਜੁਡੀਕਲ ਪੁਛਣਾ ਕਿ ਆਈ ਡੋਟ ਨੋ ਅਖੀਰ ਉਹਨੇ ਇੱਕ ਸਵਾਲ ਪੁੱਛਿਆ ਕਿ ਫਿਰ ਬੇਟਾ ਤੈਨੂੰ ਆਉਂਦਾ ਕੀ ਆ ਮੁੰਡਾ ਥੋੜਾ ਮੂੰਹ ਫਟ ਕਿਸਮ ਦਾ ਹੋਵੇਗਾ ਉਹ ਕਹਿੰਦਾ ਜੀ ਮੈਨੂੰ ਸਿਰਫ ਘੜੜੇ ਮਾਰਨੇ ਆਉਂਦੇ ਉਸ ਫਾਰਮਰ ਦੇ ਮਨ ਚ ਆਈ ਕਿ ਬੜਾ ਬਦਤਮੀ ਜਿਹਾ ਕਿਸ ਤਰ੍ਹਾਂ ਬੋਲਦਾ ਫਿਰ ਪਤਾ ਪਤਾ ਨਹੀਂ ਉਹਦੇ ਮਨ ਚ ਕੀ ਆਇਆ ਕਹਿੰਦਾ ਓਕੇ ਤੂੰ ਮੇਰੇ ਕੋਲ ਰਹਿ ਉਹਨੇ ਮੁੰਡੇ ਨੂੰ ਕੰਮ ਸਿਕਾਇਆ ਮੁੰਡਾ ਇੱਕ ਦਿਨ ਚ ਟਰੈਕਟਰ ਚਲਾਉਣਾ ਸਿੱਖ ਗਿਆ ਮੁੰਡਾ ਅਗਲੇ ਦਿਨ ਤੱਕ ਗਾਵਾਂ ਕਿਸ ਤਰ੍ਹਾਂ ਮਸ਼ੀਨਾ ਹੈਂਡਲ ਕਰਨੀਆਂ ਉੱਥੇ ਦੁੱਧ ਚੋਣ ਵਾਸਤੇ ਮਸ਼ੀਨਾ ਹੁੰਦੀਆਂ ਮੈਂ ਦੇਖਿਆ ਇੱਕ ਬਹੁਤ ਵੱਡੇ ਫਾਰਮ ਹਾਊਸ ਦੇ ਵਿੱਚ ਉੱਥੇ ਇੱਕ ਘਾਤੇ ਦੇ ਵਿੱਚ 2-300 ਗਾਵਾਂ ਨੇ ਅਗਲੇ ਪਾਸੇ ਮਸ਼ੀਨਾ ਲੱਗੀਆਂ ਨੇ ਉਹ ਗਾਵਾਂ ਜਦੋਂ ਰਿੰਗ ਖੁੱਲਦਾ ਉਹ ਗਾਂ ਜਾ ਕੇ ਥੜੇ ਤੇ ਖਲੋ ਜਾਂਦੀ ਉੱਥੇ ਜਿਹੜਾ ਆਪਰੇਟਰ ਆ ਉਹਦੇ ਥੱਲੋਂ ਥੜਾ ਨੂੰ ਮਸ਼ੀਨ ਲਾ ਦਿੰਦਾ ਦੂਸਰਾ ਥੜਾ ਖਾਲੀ ਹੁੰਦਾ ਦਰਵਾਜ਼ਾ ਖੋਲ੍ਹ ਕੇ ਉਹਨੇ ਇੱਕੋ ਦਿਨ ਚ ਗਾਂ ਚੋਣੀ ਸਿੱਖ ਲਈ ਮਸ਼ੀਨਾ ਆਪਰੇਟ ਕਰਨੀ ਸਿੱਖ ਲਈ ਕੁੜ ਹਫਤੇ ਕੇ ਬਾਅਦ ਇੱਕ ਤਰ੍ਹਾਂ ਅੱਧੀ ਰਾਤ ਨੂੰ ਬਹੁਤ ਜ਼ਿਆਦਾ ਤੂਫਾਨ ਆ। ਸਟਾਰ ਕਿਸਾਨ ਨੇ ਵੇਖਿਆ ਕਿ ਤਾਂ ਬਹੁਤ ਬੁਰਾ ਹਾਲ ਹੈ। ਉਹ ਗਿਆ ਉਹਨੇ ਜਾ ਕੇ ਪਹਿਲਾਂ ਮੁੰਡੇ ਨੂੰ ਉਠਾਇਆ। ਉੱਠ। ਮੁੰਡਾ ਘਰਾੜੇ ਮਾਰਦਾ ਸੀ। ਉਹਨੇ ਦੋ ਵਾਰੀ ਹਿਲਾਉਣਾ ਮੁੰਡਾ ਘਰਾੜੇ ਮਾਰਦਾ। ਉਹਨੇ ਫਿਰ ਆਖਿਆ ਤੂਫਾਨ ਆ ਗਿਆ ਮੈਨੂੰ ਮਦਦ ਦੀ ਲੋੜ ਆ। ਆਈ ਨੀਡ ਅ ਹੈਲਪਿੰਗ ਹੈਂਡ। ਮੁੰਡਾ ਘਰਾੜੇ ਮਾਰਦਾ। ਫਾਰਮਰ ਨੇ ਕਿਹਾ ਮੈਂ ਇਹਨੂੰ ਕੱਲ ਸਵੇਰੇ ਛੁੱਟੀ ਕਰ ਦਿਆਂਗਾ। ਟਾਰਚ ਲਈ ਕੱਲਾ ਚਲਾ ਗਿਆ ਅੱਗੇ ਜਾ ਕੇ ਉਹਨੇ گاਵਾ ਦਾ ਸ਼ੈੱਡ ਦੇਖਿਆ گاਵਾ ਆਪੋ ਆਪਣੀ ਥਾਂ ਤੇ ਸੈੱਟ ਐ ਬਾਹਰ ਤਾਲੇ ਲੱਗੇ ਫਿਰ ਉਹਨੇ ਜਾ ਕੇ ਘੋੜਿਆਂ ਦਾ ਸ਼ੈੱਡ ਦੇਖਿਆ ਘੋੜੇ ਬੱਧੇ ਆ ਬਾਹਰ ਤਾਲੇ ਲੱਗੇ ਉਹਨੇ ਚਾਰੇ ਦਾ ਸ਼ੈੱਡ ਵੇਖਿਆ ਸਾਰਾ ਕੁਝ ਸੰਭਿਆ ਪਿਆ ਬਾਹਰ ਤਾਲੇ ਲੱਗੇ ਆ ਮਸ਼ੀਨਰੀ ਵੇਖੀ ਸਾਰੀ ਬਕਾਇਦਾ ਲੋਕ ਕੀਤੀ ਐ ਉਹਨਾਂ ਨੂੰ ਜੰਜੀਰ ਪਾ ਕੇ ਬੰਨਿਆ ਪਿਆ ਤਾਂ ਕਿ ਨੇਰੀ ਛੁੱਡਣਾ ਜਾਣ ਸਾਰਾ ਕੁਝ ਸੈੱਟ ਐ ਇੱਕ ਵੀ ਚੀਜ਼ ਐਸੀ ਨਹੀਂ ਸੀ ਜਿਹੜੀ ਫਾਰਮਰ ਨੂੰ ਕਰਨੀ ਪਈ ਹੋਵੇ ਸਾਰਾ ਕੁਝ ਸੈੱਟ ਐ ਉਹ ਫਿਰ ਗਿਆ ਸੁੱਤੇ ਪਏ ਮੁੰਡੇ ਦਾ ਮੂੰਹ ਚੁੰਮ ਕੇ ਕਹਿੰਦਾ ਕਾਸ ਕਿਤੇ ਤੇਰਵਰ ਦਾ ਪੁੱਤ ਮੇਰੇ ਘਰ ਜੰਮ ਪਿੰਦਾ ਤੇ ਅਗਲੇ ਦਿਨ ਸਵੇਰੇ ਉਹਨੇ ਉੱਠ ਕੇ ਆਖਿਆ ਮੈਨੂੰ ਅੱਜ ਪਤਾ ਲੱਗਾ ਕਿ ਘਰਾੜੇ ਸਿਰਫ ਉਹ ਮਾਰ ਸਕਦਾ ਜਿਹਨੇ ਸੌਣ ਤੋਂ ਪਹਿਲਾਂ ਆਪਣੇ ਅਸੇ ਦਾ ਸਾਰਾ ਕੰਮ ਕਾਇਆ ਹੋਵੇ ਮੈਂ ਤੁਹਾਨੂੰ ਕਹਾਂਗਾ ਬੇਟਾ ਘਰਾੜੇ ਮਾਰਨੇ ਸਿੱਖ ਲਿਓ ਤੁਸੀਂ ਘਰਾੜੇ ਘਰਾੜੇ ਤੁਸੀਂ ਉਸ ਦਿਨ ਮਾਰੋਗੇ ਜਿਸ ਦਿਨ ਤੁਸੀਂ ਆਪਣੇ ਫਾਈਲ ਦਾ ਸਾਰਾ ਕੰਮ ਮੈਨੂੰ ਉੱਥੇ ਫਿਰਦੇ ਆਏ ਇੱਕ ਪ੍ਰੋਫੈਸਰ ਦੀ ਸਟੋਰੀ ਪਤਾ ਲੱਗੀ ਉਹਦੇ ਮੁੰਡੇ ਨੇ ਉਹਨੂੰ ਪੁੱਛਿਆ ਕਿ ਡੱਟ ਤੁਹਾਡੇ ਬੜੇ ਅ ਕੰਪਿਊਟਰ ਕਿਹੜੇ-ਕਿਹੜੀ ਕੰਪਨੀ ਦੇ ਹੁੰਦੇ ਸੀ ਉਹ ਕਹਿੰਦਾ ਸਾਡੇ ਵਾਲੇ ਕੰਪਿਊਟਰ ਨਹੀਂ ਸੰਹੁੰਦੇ ਕਹਿੰਦਾ ਅੱਛਾ ਤੇ ਫਿਰ ਟੀਵੀ ਨਾਲ ਹੀ ਸਰਦੇ ਹੋਗੇ ਉਹ ਕਹਿੰਦਾ ਬੇਟਾ ਸਾਡੇ ਬਚਪਨ ਵਿੱਚ ਟੀਵੀ ਨਹੀਂ ਸੀ ਹੁੰਦੇ ਉਹ ਕਹਿੰਦਾ ਅੱਛਾ ਪਰ ਟੈਲੀਫੋਨ ਤੇ ਇੱਕ ਦੂਜੇ ਨਾਲ ਗੱਲਾਂ ਕਰਦੇ ਹੋਗੇ ਉਹ ਕਹਿੰਦਾ ਸਾਡੇ ਬੜੇ ਟੈਲੀਫੋਨ ਵੀ ਨਹੀਂ ਸੀ ਹੁੰਦਾ ਹੁਣ ਇਹ ਸੱਚੀ ਗੱਲ ਹੈ ਦੁਕਾਨਦਾਰ ਸਾਹਿਬ ਬੈਠੇ ਆ ਮਾਤਾ ਜੀ ਬੈਠਿਆ ਤੁਸੀਂ ਇਹਨਾਂ ਨੂੰ ਪੁੱਛਿਓ ਮੈਂ ਉਹ ਬਚਪਨ ਵੇਖਿਆ ਜਦੋਂ ਸਾਰੇ ਪਿੰਡ ਵਿੱਚ ਇੱਕ ਰੇਡੀਓ ਸੈੱਟ ਹੁੰਦਾ ਸੀ ਪੰਜ ਬੈਂਡ ਦਾ ਸਰਪੰਚ ਦੇ ਘਰ ਲੱਗਦਾ ਸੀ 2 ਘੰਟੇ ਚਲਾਉਂਦੇ ਸੀ ਚਲਾਉਣ ਤੋਂ ਪਹਿਲਾਂ ਇੱਕ ਢਾਂਗਾ ਲੈ ਕੇ ਉਹਨਾਂ ਤਾਰ ਬੰਨ ਕੇ ਰੁੱਖ ਤੇ ਬੰਨ ਕੇ ਆਉਂਦੇ ਸੀ ਤਾਂ ਕਿ ਫ੍ਰੀਕਵੈਂਸੀ ਕੈਚ ਕਰ ਸਕੇ ਤੇ ਉਹਨੂੰ ਫਿਰ ਸਾਰਾ ਪਿੰਡ ਸੁਣਦਾ ਸੀ ਉਹਨੇ ਜਦੋਂ ਆਖਿਆ ਟੈਲੀਫੋਨ ਵੀ ਨਹੀਂ ਹੁੰਦਾ ਤੇ ਮੁੰਡਾ ਕਹਿੰਦਾ ਵਟ ਨਾਨਸੈਂਸ ਤੇ ਇਸ ਘਰ ਤੇ ਉਹਦੋਂ ਕੀ ਸੀ ਟਟਕੋ ਜ਼ਿੰਦਗੀ ਸੀ ਤੇ ਉਹ ਪ੍ਰੋਫੈਸਰ ਸੁਣਦਾ ਰਿਹਾ ਸੁਣਦਾ ਰਿਹਾ ਜਦੋਂ ਮੁੰਡਾ ਚੁੱਪ ਕੀਤਾ ਉਹਨਾਂ ਦਾ ਬੇਟਾ ਇਹੀ ਤਾਂ ਗੱਲ ਐ ਸਾਨੂੰ ਪਤਾ ਲੱਗਾ ਕਿ ਟੈਲੀਫੋਨ ਤੋਂ ਬਿਨਾਂ ਕੰਮ ਨਹੀਂ ਸਰਦਾ ਸਾਡੇ ਬੱਚੇ ਕੀ ਕਰਨਗੇ ਐਸੀ ਤੁਹਾਡੇ ਲਈ ਟੈਲੀਫੋਨ ਪੈਦਾ ਕੀਤਾ ਸੀ ਫਿਰ ਅਸੀਂ ਵੇਖਿਆ ਕਿ ਵਧੀਆ ਗੱਲ ਹੋਵੇ ਜੇ ਕਿਤੇ ਟੈਲੀਵਿਜ਼ਨ ਆ ਜਾਣ ਅਸੀਂ ਤੁਹਾਡੇ ਲਈ ਟੈਲੀਵਿਜ਼ਨ ਪੈਦਾ ਕੀਤਾ ਫਿਰ ਸਾਡੇ ਮਨ ਚ ਆਈ ਕਿ ਕੰਪਿਊਟਰ ਵੀ ਕਰਨਾ ਚਾਹੀਦਾ ਅਸੀਂ ਕੰਪਿਊਟਰ ਈਮੇਲ ਸਾਰਾ ਕੁਝ ਇਹ ਮੇਰੀ ਜਨਰੇਸ਼ਨ ਨੇ ਕੀਤਾ ਮੇਰੀ ਜਨਰੇਸ਼ਨ ਨੇ ਮੈਂ ਤੈਨੂੰ ਹੁਣ ਇਹ ਕਹਿਣਾ ਕਿ ਤੂੰ ਹੱਥ ਤੇ ਹੱਥ ਮਾਰ ਕੇ ਦੱਸ ਆਪਣੇ ਬੱਚਿਆਂ ਵਾਸਤੇ ਤੂੰ ਇਸ ਦੁਨੀਆ ਤੇ ਕੀ ਛੱਡ ਕੇ ਜਾਣਾ ਇਹ ਵੱਡਾ ਸਵਾਲ ਹੈ ਤੇ ਸਭ ਤੋਂ ਵੱਡਾ ਸਵਾਲ ਹੈ ਜਿਹੜਾ ਕਰਨਾ ਜਦੋਂ ਮੈਂ ਆਹ ਗੱਲ ਤੁਹਾਡੇ ਕੋਲ ਕੀਤੀ ਹੈ ਇੱਥੇ ਜਾ ਕੇ ਮੈਂ ਇੱਕ ਗੱਲ ਦੀ ਤੁਹਾਡੇ ਤੋਂ ਮੁਆਫੀ ਮੰਗਣੀ ਹੈ ਹੋਏ ਬਹੁਤ سارے ਲੋਕ ਤੁਹਾਡੇ ਕੋਲ ਆਉਂਦੇ ਆ ਉਹ ਤੁਹਾਨੂੰ ਆ ਕੇ ਕਹਿਣਗੇ ਬੇਟਾ ਮੈਂ ਤੁਹਾਡੇ ਕੋਲ ਆ ਕੇ ਬੜੀ ਖੁਸ਼ੀ ਮਹਿਸੂਸ ਕਰਦਾ ਬੜਾ ਮਾਣ ਮਹਿਸੂਸ ਕਰਦਾ ਸ਼ਰਮ ਮੈਂ ਪਹਿਲਾ ਹਾਂਗਾ ਅੱਜ ਗਿਆ ਮੈਂ ਬੱਚਿਆਂ ਕੋਲ ਜਾ ਕੇ ਕਹਿਣਾ ਬੇਟਾ ਤੁਹਾਡੀ ਮਿਹਰਬਾਨੀ ਤੁਸਾਂ ਬੁਲਾਇਆ ਪਰ ਮੈਂ ਖੁਸ਼ੀ ਤੇ ਮਾਣ ਨਹੀਂ ਮਹਿਸੂਸ ਕਰ ਰਿਹਾ ਮੈਂ ਇੱਕ ਸ਼ਰਮਦਾ ਅਹਿਸਾਸ ਲੈ ਕੇ ਤੁਹਾਡੇ ਸਾਹਮਣੇ ਪੇਸ਼ ਹੋ ਰਿਹਾ ਉਹ ਸ਼ਰਮ ਕਿਹੜੀ ਗੱਲ ਦੀ ਹੈ ਕਿ ਜਿਹੜੀ ਸਾਡੇ ਬਾਪ ਦਾਦੇ ਪਰਦਾਦੇ ਨੇ ਸਾਨੂੰ ਵਿਰਾਸਤ ਦਿੱਤੀ ਸੀ ਉਹ ਅਸੀਂ ਤੁਹਾਡੇ ਵਾਸਤੇ ਸਾਹਮਣੇ ਨਹੀਂ ਰੱਖ ਸਕੀ ਜਦੋਂ ਅਸੀਂ ਛੋਟੇ ਸੀ 8 ਫੁੱਟ ਤੇ ਖੂਹ ਚੋਂ ਪਾਣੀ ਨਿਕਲੋਂਦਾ ਸੀ ਹੁਣ 350 ਫੁੱਟ ਤੇ ਚਲਾ ਗਿਆ ਤੁਹਾਡੇ ਬੱਚੇ ਅਗੋਂ ਕੀ ਕਰਨ ਜਦੋਂ ਅਸੀਂ ਛੋਟੇ ਸੀ ਸਾਨੂੰ ਕਦੇ ਕਿਸੇ ਨੇ ਨਹੀਂ ਸੀ ਆਖਿਆ ਸ਼ਹਿਰ ਦੇ ਵਿੱਚ ਬਚ ਕੇ ਲਿਓਗੇ ਉਹ ਹਵਾ ਦੇ ਵਿੱਚ ਪ੍ਰਦੂਸ਼ਣ ਅਸੀਂ ਤੁਹਾਡੇ ਵੇਲੇ ਤੱਕ ਪ੍ਰਦੂਸ਼ਣ ਪੈਦਾ ਕਰਤਾ ਅਸੀਂ ਛੋਟੇ ਸੀ ਵੇਈਂ ਵਗਦੀ ਚ ਚੋਹ ਵਗਦੀ ਚ ਤਾਂਬੇ ਦਾ ਸਿੱਕਾ ਸੁੱਟ ਕੇ ਇੱਕ ਦੂਜੇ ਨੂੰ ਕਹਿੰਦੇ ਹੁੰਦੇ ਸੀ ਇਹ ਤਾਂ ਰੇਤ ਤੇ ਪਿਆ ਦਿਸਦਾ ਅੱਜ ਵੇਈਆਂ ਤੋਂ ਚੋਆਂ ਦੇ ਵਿੱਚ ਤੁਸੀਂ ਜਗ ਦੀ ਟਾਰਚ ਸੁੱਟਦੇ ਹੋ ਬਲਬ ਸੁੱਟਦੇ ਹੋ ਦਿਸਦਾ ਨਹੀਂ ਕੋਕੀ ਇੰਨਾ ਗੰਧ ਵਗਦਾ ਇਹ ਮੇਰੀ ਪੀੜ੍ਹੀ ਦੇ ਲੋਕਾਂ ਨੇ ਬਗਾਇਆ ਇਹ ਨਹੀਂ ਸੀ ਆਖਿਆ ਕਿ ਬਤਾਉਂ ਨਾ ਖਾਈ ਬੈਂਗਣ ਨਾ ਖਾਈ ਇਹਦੇ ਵਿੱਚ ਕੈਮੀਕਲ ਹੁੰਦਾ ਹੈ ਹੁਣ ਮੈਂ ਆਰਮੀ ਵਾਲਿਆਂ ਦੇ ਡਾਈਟੀਸ਼ਨ ਦੇ ਉਹਨਾਂ ਦੇ ਰਿਫਰੈਸ਼ਰ ਕੋਰਸ ਦੇ ਦਿਨਾਂ 'ਚ ਗਿਆ ਤੇ ਉਹਨਾਂ ਦੇ ਡਾਈਟੀਸ਼ਨ ਨੇ ਆਰਮੀ ਦੇ ਨੇ ਆਖਿਆ ਕਿ ਅਸੀਂ ਸਾਰਿਆਂ ਨੂੰ ਸਜੈਸਟ ਕਰਦੇ ਹਾਂ ਬਾਜ਼ਾਰ ਜਾਣਾ ਵੇਖ ਕੇ ਬੈਂਗਣ ਉਹ ਚੁੱਕਿਓ ਜਿਹਨੂੰ ਕੀੜਾ ਲੱਗਾ ਹੋਵੇ ਕੀੜੇ ਵਾਲਾ ਹਿੱਸਾ ਕੱਟ ਦਿਓ ਬਾਕੀ ਖਾ ਲਿਓ ਜਿਹਨੂੰ ਕੀੜਾ ਨਹੀਂ ਲੱਗਾ ਉਹ ਸਿਰਫ ਕੈਮੀਕਲ ਆ ਤੇ ਜਿਹੜੇ ਬੈਂਗਣ ਦੇ ਵਿੱਚ ਕੀੜਾ ਜੋ ਕੀੜੇ ਨੂੰ ਜਿੰਦਾ ਰੱਖ ਸਕਦਾ ਤੇ ਤੁਹਾਨੂੰ ਵੀ ਰੱਖ ਲੇਗਾ ਇਹ ਵੀ ਡਣਾਉਣੇ ਸੀ ਮੈਂ ਬਚਪਨ ਦੇ ਵਿੱਚ ਇਹ ਸੁਣਦਾ ਸੀ ਫਲਾਨਾ ਬੜਾ ਬੇਈਮਾਨ ਹੈ ਫਿਰ ਲੋਕਾਂ ਨੇ ਕਹਿਣਾ ਬੰਦ ਕਰਤਾ ਹੁਣ 30 ਸਾਲਾਂ ਬਾਅਦ ਫਿਰ ਕਹਿਣ ਲੱਗੇ ਨੇ ਤੇ ਹੁਣ ਇਹ ਨਹੀਂ ਕਹਿੰਦੇ ਫਲਾਨਾ ਬੜਾ ਬੇਈਮਾਨ ਹੈ ਹੁਣ ਕਹਿੰਦੇ ਫਲਾਨਾ ਬੜਾ ਬੇਬੂਖ ਆ ਅਜੇ ਵੀ ਇਮਾਨਦਾਰੀ ਨਾਲ ਚੰਬੜਿਆ ਪਿਆ ਇਹ ਸਾਰਾ ਕੁਝ ਸਿਰ ਪਰਨੇ ਕਦੋਂ ਹੋਇਆ ਉਦੋਂ ਹੋਇਆ ਜਦੋਂ ਮੇਰੀ ਪੀੜ੍ਹੀ ਵਿਕਾਸ ਕਰ ਰਹੀ ਸੀ ਜੇ ਇਹ ਸਾਰੇ ਦੌਰ ਚ ਹੋਇਆ ਮੈਂ ਬਾਕੀ ਸਾਰਾ ਨੇ ਨੁਕਸ ਕੱਢਾਂ ਨੁਕਸਾਂ ਚ ਮੈਂ ਭਾਈਵਾਲ ਨਹੀਂ ਜਦੋਂ ਇਹਨਾਂ 30 35 ਸਾਲਾਂ ਚ ਸਾਰੇ ਗੁਨਾਹ ਹੋਏ ਨੇ ਔਰ ਇਹ ਗੁਨਾਹ ਤੁਹਾਡੇ ਖਿਲਾਫ ਅਸੀਂ ਕੀਤੇ ਨੇ ਮੇਰੀ ਪੀੜ੍ਹੀ ਨੇ ਕੀਤੇ ਨੇ ਮੇਰੀ ਪੀੜ੍ਹੀ ਦੇ ਲੋਕ ਜਦੋਂ ਇਹ ਪਾਪ ਕਰਦੇ ਪੈ ਸੀ ਇਹਦੇ ਵਿੱਚ 61.1% 0.01% 0.0001% ਕੁਝ ਨਾ ਕੁਝੇ ਸੱਤ ਗੁਨਾਹ ਕਰਨ ਦੇ ਵਿੱਚ ਮੇਰਾ ਵੀ ਹੈ ਗੱਲ ਇਸ ਕਰਕੇ ਜਦੋਂ ਮੈਂ ਤੁਹਾਡੇ ਕੋਲੋਂ ਨਾ ਮੈਂ ਤੁਹਾਨੂੰ ਨਹੀਂ ਵੇਖਦਾ ਮੈਂ ਤੁਹਾਡੇ ਵਿੱਚੋਂ ਆਪਣੇ ਦੋ ਬੱਚੇ ਵੇਖਦਾ ਮੈਂ ਉਦੋਂ ਸੋਚਦਾ ਕਿ ਐਸ ਪੀੜ੍ਹੀ ਦੇ ਵਾਸਤੇ ਅਸੀਂ ਛੱਡਿਆ ਕੀ ਅਸੀਂ ਇਸ ਵਿਰਾਸਤ ਨੂੰ ਬਹੁਤ ਖਰਾਬ ਕਰਤਾ ਇਸੇ ਗੱਲ ਤੇ ਆ ਕੇ ਮੈਂ ਆਪਣੀ ਗੱਲ ਖਤਮ ਕਰਨੀ ਆ ਕਿ ਬੇਟਾ ਕੋਸ਼ਿਸ਼ ਕਰਿਓ ਕਿ ਜਿੰਨਾ ਕੁ ਹੋ ਸਕੇ ਸਮਾਜ ਦਾ ਗੰਦ ਸਾਫ਼ ਕੀਤਾ ਜਾ ਸਕੇ ਤੇ ਸਾਡੇ ਵਿੱਚੋਂ ਜਿਹੜੇ ਕਹਿੰਦੇ ਮੇਥੋਂ ਨਹੀਂ ਕੀਤਾ ਜਾਣਾ ਮੇਰੇ ਕੋਲ ਟਾਈਮ ਨਹੀਂ ਮੇਰੀ ਸਮਰੱਥਾ ਨਹੀਂ ਉਹਨਾਂ ਸਾਰਿਆਂ ਨੂੰ ਮੇਰੀ ਇੱਕੋ ਇੱਕ ਬੇਨਤੀ ਹੈ ਕਿ ਬੇਟਾ ਸਾਫ਼ ਕਰਿਓ ਇਸ ਕਰਕੇ ਸਾਫ਼ ਕਰਿਓ ਕਿ ਅਸੀਂ ਕਿਸੇ ਦੇ ਕਰਜ਼ਦਾਰ ਆ ਪਹਿਲਾਂ ਲੋਕੀ ਕਹਿੰਦੇ ਹੁੰਦੇ ਸੀ ਥਾਣੇ ਕਚਰੀਆਂ ਥਾਣੇ 'ਚ ਝੂਠ ਬੋਲ ਲਈਦਾ ਅਦਾਲਤ 'ਚ ਨਹੀਂ ਬੋਲੀਦਾ ਸੌਂ ਖਾਣੀ ਪੈਂਦੀ ਆ ਹੁਣ ਲੋਕੀ ਅਦਾਲਤ 'ਚ ਗੁੱਟ ਕੇ ਤੇ ਹੱਥ ਰੱਖ ਕੇ ਗੀਤਾ ਤੇ ਹੱਥ ਰੱਖ ਕੇ ਸੌਂ ਕਾ ਕੇ ਝੂਠ ਬੋਲਦੇ ਫਿਰ ਕਹਿੰਦੇ ਪੰਚਾਇਤ 'ਚ ਨਹੀਂ ਝੂਠ ਬੋਲੀਦਾ ਬੋਲਣ ਲੱਗ ਪਿਆ ਫਿਰ ਕਹਿੰਦੇ ਧਰਮ ਸਥਾਨ 'ਚ ਨਹੀਂ ਬੋਲੀਦਾ ਅੱਜ ਕੱਲ ਧਰਮ ਸਥਾਨਾਂ ਵਿੱਚ ਵੀ ਝੂਠ ਬੋਲਿਆ ਜਾਣ ਲੱਗ ਪਿਆ ਪਰ ਇੱਕ ਥਾਂ ਰਹਿ ਗਈ ਜਿੱਥੇ ਅਜੇ ਅਸੀਂ ਝੂਠ ਨਹੀਂ ਬੋਲ ਸਕਦੇ ਉਹ ਥਾਂ ਕਿਹੜੀ ਆ ਕੱਲ ਸਵੇਰੇ ਜਦੋਂ ਮੈਂ ਸੁੱਤਾ ਉੱਠਾਂਗਾ ਸਭ ਤੋਂ ਪਹਿਲਾਂ ਬਾਥਰੂਮ ਜਾ ਕੇ ਪਾਣੀ ਦੀ ਚੁਲੀ ਲੈ ਕੇ ਆਪਣੇ ਚਿਹਰੇ ਤੇ ਮਾਰਾਂਗਾ ਫਿਰ ਮੈਂ ਸ਼ੀਸ਼ੇ ਉੱਤੇ ਝਾਕਾਂਗਾ ਅਮਰਤ ਵੇਲੇ ਉਹ ਸ਼ੀਸ਼ੇ ਦੇ ਵਿੱਚੋਂ ਦੋ ਅੱਖਾਂ ਮੇਰੇ ਵੱਲ ਝਾਕਣਗੀਆਂ ਉਹ ਦੋ ਅੱਖਾਂ ਮੇਰੇ ਸਰੀਰ ਦੀਆਂ ਅੱਖਾਂ ਨਹੀਂ ਉਹ ਦੋ ਅੱਖਾਂ ਮੇਰੀ ਜ਼ਮੀਰ ਦੀਆਂ ਅੱਖਾਂ ਮੈਂ ਸਾਰੀ ਦੁਨੀਆ ਦੇ ਕੋਲ ਝੂਠ ਬੋਲ ਸਕਦਾ ਮੈਂ ਨਰਿੰਦਰ ਮੋਦੀ ਤੇ ਕੈਪਟਨ ਅਮਰਿੰਦਰ ਸਿੰਘ ਕੋਲ ਝੂਠ ਬੋਲ ਸਕਦਾ ਮੈਂ ਡੋਨਲਡ ਟਰੰਪ ਤੇ ਵਲਾਦੀਮੀਰ ਪੁਤਿਨ ਦੇ ਕੋਲ ਝੂਠ ਬੋਲ ਸਕਦਾ ਮੈਂ ਗੁਰਦੁਆਰੇ ਤੇ ਮੰਦਰ ਤੇ ਝੂਠ ਬੋਲ ਸਕਦਾ ਪਰ ਜਦੋਂ ਉਹਨਾਂ ਦੋ ਅੱਖਾਂ ਨੇ ਆਖਿਆ ਕੱਲ ਕੀ ਕੀਤਾ ਸੀ ਮੈਂ ਉਹਨਾਂ ਦੋ ਅੱਖਾਂ ਦੇ ਸਾਹਮਣੇ ਝੂਠ ਨਹੀਂ ਬੋਲ ਸਕਦਾ ਨਾ ਤੁਹਾਡੇ ਤੋਂ ਬੋਲਿਆ ਜਾਣਾ ਜੇ ਤੁਸੀਂ ਇਹ ਨਹੀਂ ਚਾਹੁੰਦੇ ਕਿ ਕੱਲ ਸਵੇਰੇ ਉੱਠ ਕੇ ਅੰਮ੍ਰਿਤ ਵੇਲੇ ਆਪਣੀ ਜ਼ਮੀਰ ਦੇ ਸਾਹਮਣੇ ਸ਼ਰਮਿੰਦਾ ਹੋਣਾ ਪਵੇ ਤੇ ਫਿਰ ਕੋਸ਼ਿਸ਼ ਕਰਿਓ ਅਸੀਂ ਗੰਦ ਸਾਫ਼ ਕਰੀਏ ਤੇ ਜਿਹੜੇ ਤੁਹਾਡੇ ਚੋਂ ਕਹਿੰਦੇ ਐ ਕਿ ਅਸੀਂ ਗੰਦ ਸਾਫ਼ ਕਰਨ ਯੋਗ ਨਹੀਂ ਸਾਡੇ ਕੋਲ ਵਕਤ ਨਹੀਂ ਸਾਡੇ ਕੋਲ ਸਮਰੱਥਾ ਨਹੀਂ ਕਿਤੇ ਬਾਹਰ ਜਾਣ ਦੀ ਲੋੜ ਨਹੀਂ ਆਪੋ ਆਪਣੀ ਜ਼ਮੀਰ ਨਾਲ ਇੱਕ ਗੱਲ ਦਾ ਪਰਣ ਕਰੋ ਕਿ ਜੇ ਗੰਦ ਸਾਫ਼ ਕਰਨ ਯੋਗ ਨਹੀਂ ਤੇ ਅੱਜ ਤੋਂ ਬਾਅਦ ਤੁਹਾਡੇ ਚੋਂ ਕਿਸੇ ਦਾ ਨਾਂ ਗੰਦ ਪਾਉਣ ਵੜਾ ਚ ਨਹੀਂ ਆਉਣਾ ਚਾਹੀਦਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ